ਇੱਕ ਸੌ ਕੁਛ ਰੁਪਏ ਦਾ ਵਾਧਾ ਹੈਗਾ, ਉਹ ਅਗਰ ਉਹਨੂੰ ਪਰਸੈਂਟੇਜ ਵਾਈਜ਼ ਦੇਖੀਏ ਪਿਛਲੇ ਸਾਲ ਦੀ ਮਿਨੀਮਮ ਸਪੋਰਟ ਪ੍ਰਾਈਸ ਦੇ ਮੁਕਾਬਲੇ ਤੇ 5.5 ਪੈਸੇ ਉਹ ਵਧਾਇਆ ਗਿਆ ਵਾ, 5.5%। ਇਸ ਤਰ੍ਹਾਂ ਹੀ ਤਕਰੀਬਨ 5.5-6% ਦੂਸਰੀਆਂ ਫਸਲਾਂ ਦੀ MSP ਆ। ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਜਦ ਕੋਸਟ ਆਫ ਇਨਪੁੱਟ ਖੇਤੀ ਦੇ ਵਿੱਚ ਬੇਤਹਾਸ਼ਾ ਕੀਮਤਾਂ ਵਧੀਆਂ ਨੇ, ਇਸ ਬਹੁਤ ਮਾਮੂਲੀ ਜੀ ਹਾਸੋਹੀਣੀ ਜਿਹੜੀ ਇਨਕਰੀਜ਼ ਕੀਤੀ ਮਿਨੀਮਮ ਸਪੋਰਟ ਪ੍ਰਾਈਸ ਦੀ, ਉਹ ਆਲ ਇੰਡੀਆ ਕਿਸਾਨ ਕਾਂਗਰਸ ਉਹਨੂੰ ਮੁੱਢੋਂ ਰੱਦ ਕਰਦੀ ਹੈ ਔਰ ਮੋਦੀ ਸਾਹਿਬ ਤੇ BJP ਦੀ ਸਰਕਾਰ ਨੂੰ ਉਹਨਾਂ ਦਾ ਵਾਅਦਾ ਚੇਤੇ ਕਰਾਉਂਦੀ ਆ ਜੋ ਉਹਨਾਂ ਨੇ ਆਪ 2014 'ਚ ਵਾਅਦਾ ਕੀਤਾ ਸੀ 10 ਸਾਲ ਪਿੱਛੇ ਕਿ ਸਾਡੀ ਸਰਕਾਰ ਬਣਾਓ, ਅਸੀਂ ਕਿਸਾਨਾਂ ਦੀ ਆਮਦਨ ਡਬਲ ਕਰਾਂਗੇ ਔਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਾਂਗੇ ਜਿਹਦੇ ਹਿਸਾਬ ਨਾਲ C2+50% ਪ੍ਰੋਫਿਟ ਔਨ MSP ਫਿਕਸ ਕੀਤਾ ਜਾਵੇਗਾ। ਅਗਰ ਅੱਜ ਝੋਨੇ ਦੀ ਉਸ ਫਾਰਮੂਲੇ ਦੇ ਹਿਸਾਬ ਨਾਲ ਕੀਮਤ ਅਦਾ ਸੈੱਟ ਕੀਤੀ ਜਾਵੇ ਤਾਂ ਉਹ ਲਗਭਗ 3100 ਰੁਪਈਆ ਕੁਇੰਟਲ ਬਣਦੀ ਹੈ, ਜਦਕਿ ਅਸਲ ਕੀਮਤ ਹੁਣ ਮੋਸਟਲੀ ਅਰਾਊਂਡ 2300 ਰੁਪਈਆ ਵਾ। 800 ਰੁਪਈਆ ਜਿਹੜਾ ਕਿਸਾਨਾਂ ਦਾ ਅਤੇ ਖੇਤ ਮਜ਼ਦੂਰਾਂ ਦਾ ਹਕੂਕ BJP ਦੀ ਸਰਕਾਰ ਨੇ ਮਾਰਿਆ, ਉਹਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਅੱਜ ਦੀ ਇਸ ਮੀਟਿੰਗ ਵਿੱਚ ਮਤਾ ਵੀ ਪਾਸ ਕਰਦੇ ਹਾਂ ਕਿ ਇਸ ਕੀਮਤ ਨੂੰ ਇਸ ਦੁਬਾਰਾ ਮੁੜ ਵਿਚਾਰ ਕਰਕੇ ਸਵਾਮੀਨਾਥਨ ਕਮੇਟੀ ਰਿਕਮੈਂਡੇਸ਼ਨ ਦੇ ਹਿਸਾਬ ਨਾਲ C2+50% ਫਾਰਮੂਲੇ ਦੇ ਹਿਸਾਬ ਨਾਲ ਝੋਨੇ ਦੀ MSP ਔਰ ਦੂਸਰੀਆਂ ਫਸਲਾਂ ਦੀ ਜਿਹੜੀ MSP ਉਹ ਤੈਅ ਕੀਤੀ ਜਾਵੇ। ਨਾਲ ਨਾਲ ਕੇਂਦਰ ਸਰਕਾਰ ਨੇ ਪ੍ਰੀ ਬਜਟ ਮੀਟਿੰਗਸ ਤੈਅ ਕੀਤੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਫਾਈਨੈਂਸ ਮਿਨਿਸਟਰ ਨੇ, ਤੁਸੀਂ ਹੈਰਾਨ ਹੋਵੋਗੇ ਕਿ ਫਾਈਨੈਂਸ ਮਿਨਿਸਟਰ ਆਫ ਇੰਡੀਆ ਬਜਟ ਬਣਾਉਣ ਜਾ ਰਹੇ ਨੇ ਅਤੇ ਜਿਹੜੇ ਐਗਰੀਕਲਚਰ ਸਟੇਕ ਹੋਲਡਰਸ ਨੇ ਜਿਹੜੇ ਕਿਸਾਨ ਨੇ ਜਿਹੜੀਆਂ ਕਿਸਾਨਾਂ ਦੀਆਂ ਬਹੁਤ ਵੱਡੀਆਂ ਜਥੇਬੰਦੀਆਂ ਨੇ ਦੇਸ਼ ਭਰ ਵਿੱਚ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹਨਾਂ ਦੇ ਕਿਸਾਨ ਵਿੰਗ ਨੇ ਜਿਵੇਂ ਕਿ ਆਲ ਇੰਡੀਆ ਕਿਸਾਨ ਕਾਂਗਰਸ ਹੈ, ਉਹਨਾਂ ਨੂੰ ਸੱਦਿਆ ਹੀ ਨਹੀਂ ਉਸ ਮੀਟਿੰਗ ਦੇ ਵਿੱਚ। ਪ੍ਰੀ ਬਜਟ ਮੀਟਿੰਗਸ ਵਿੱਚ ਕਾਰਪੋਰੇਟਸ ਨੂੰ ਇਨਵੀਟੇਸ਼ਨ ਦਿੱਤਾ ਗਿਆ, ਬਿਜ਼ਨਸ ਸਟੇਕ ਹੋਲਡਰਸ ਨੂੰ ਦਿੱਤਾ ਗਿਆ, ਉਹਦੇ 'ਚ ਇੰਪਲੋਈਜ਼ ਦੇ ਸਟੇਕ ਹੋਲਡਰਸ ਨੂੰ ਇਨਵੀਟੇਸ਼ਨ ਦਿੱਤੀ ਗਈ। ਇਕੱਲਾ ਕਿਸਾਨ ਖੇਤੀ ਸੈਕਟਰ ਹੈ ਜਿਹਦੇ 'ਚ ਕਿਸਾਨਾਂ ਨੂੰ ਦੇਸ਼ ਦਾ ਬਜਟ ਬਣਨ ਜਾ ਰਿਹਾ, ਲੇਕਿਨ ਉਹਨਾਂ ਦੀ ਕੋਈ ਪੁੱਛਗਿੱਛ ਉਹਦੇ ਵਿੱਚ ਨਹੀਂ ਕੀਤੀ ਜਾ ਰਹੀ। ਇਸ ਤੋਂ ਅੱਗੇ ਮੈਂ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਇੱਕ ਬੜੇ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਵਾ। ਸਾਡਾ ਸਭ ਤੋਂ ਜ਼ਿਆਦਾ ਇਸ ਵਕਤ ਪੱਖਦਾ ਮੁੱਦਾ ਹੈ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਦਾ ਸਤਰ ਬਹੁਤ ਤੇਜ਼ੀ ਨਾਲ ਗਿਰਦਾ ਜਾ ਰਿਹਾ ਵਾ। ਤੁਸੀਂ ਦੇਖ ਲਿਆ ਸਭ ਨੇ ਕਿ ਜਿਹੜੀ ਰੀਸੈਂਟ ਰਿਪੋਰਟਸ ਆਈਆਂ, ਜਿਹੜੇ ਗਰਾਊਂਡ ਵਾਟਰ ਬਲੋਕਸ ਨੇ ਪੰਜਾਬ ਦੇ ਵਿੱਚ ਉਹ 153 ਗਿਣੇ ਗਏ ਨੇ ਗਵਰਨਮੈਂਟ ਆਫ ਇੰਡੀਆ ਵੱਲੋਂ ਨਿਰਧਾਰਿਤ ਬਲੋਕਸ ਜਿਹੜੇ ਨੇ ਗਰਾਊਂਡ ਵਾਟਰ ਬਲੋਕਸ, ਉਹਨਾਂ 'ਚੋਂ 119 ਜਿਹੜੇ ਨੇ ਉਹ ਅੱਜ ਰੈੱਡ ਜ਼ੋਨ ਵਿੱਚ ਆਏ ਹੋਏ ਨੇ, ਡਾਰਕ ਜ਼ੋਨ ਵਿੱਚ ਆਏ ਨੇ ਔਰ ਕੈਲਕੂਲੇਸ਼ਨ ਮੁਤਾਬਕ ਪੰਜਾਬ ਦਾ ਗਰਾਊਂਡ ਵਾਟਰ ਸਟੈਂਡਸ ਐਕਸਪਲੋਇਟਡ ਐਟ 76%। ਮਤਲਬ ਫਰਜ਼ ਕਰੋ ਜੇ ਸਾਡੇ ਕੋਲ 100% ਪਾਣੀ ਹੈ ਤਾਂ ਉਦੋਂ ਜੋ 76% ਪਾਣੀ ਜਿਹੜਾ ਵਾ ਉਹ ਇਸ ਵਕਤ ਐਕਸਪਲੋਇਟ ਹੋ ਚੁੱਕਾ ਧਰਤੀ ਥੱਲੜਾ, ਔਰ ਅਗਰ ਅਸੀਂ ਇਸੇ ਤਰੀਕੇ ਨਾਲ ਪਾਣੀ ਨੂੰ ਐਕਸਪਲੋਇਟ ਕਰਦੇ ਰਹੇ ਤੇ ਉਹ ਦਿਨ ਦੂਰ ਨੇਗਾ ਜਿਸ ਦਿਨ ਪੰਜਾਬ ਜਿਹੜਾ ਵਾ ਉਹ ਬੰਜਰ ਧਰਤੀ ਹੋਵੇਗਾ, ਕਿਉਂਕਿ ਪੰਜਾਬ ਦੇ ਕੋਲ ਪਾਣੀ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਕੁਦਰਤੀ ਸਰੋਤ ਨਹੀਂ, ਜਿਵੇਂ ਕਿ ਦੂਸਰੀਆਂ ਸਟੇਟਾਂ ਦੇ ਕੋਲ ਮਾਰਬਲ ਹੈ, ਰਾਜਸਥਾਨ ਕੋਲ ਕੋਲਾ ਹੈ, ਬੋਕਸਾਈਡ ਹੈ, ਆਇਰਨ ਓਰ ਹੈ, ਲੇਕਿਨ ਪੰਜਾਬ ਦੇ ਵਿੱਚ ਸੋਏ ਪਾਣੀ ਤੋਂ ਹੈ ਨਹੀਂ। ਸੋ ਇਸ ਕਰਕੇ ਪੰਜਾਬ ਸਰਕਾਰ ਤੇ ਮੈਂ ਇੱਥੇ ਨੁਕਤਾਚੀਨੀ ਕਰਨਾ ਚਾਹੁੰਦਾ ਭਗਵੰਤ ਮਾਨ ਨੂੰ ਕਿ ਪਿਛਲੇ 2 ਸਾਲ ਤੋਂ ਵੱਧ ਦੀ ਸਰਕਾਰ ਦੇ ਵਿੱਚ ਭਗਵੰਤ ਮਾਨ ਨੇ ਇੱਕ ਵੀ ਮੀਟਿੰਗ ਗਰਾਊਂਡ ਵਾਟਰ ਰੀਚਾਰਜ ਕਿੱਦਾਂ ਕੀਤਾ ਜਾਣਾ ਵਾ, ਗਰਾਊਂਡ ਵਾਟਰ ਦੀ ਡਿਪਲੀਸ਼ਨ ਜਿਹੜੀ ਆ ਉਹਦੇ ਤੇ ਉਹਨੂੰ ਕਿੱਦਾਂ ਕੰਟਰੋਲ ਕੀਤਾ ਜਾਣਾ ਵਾ, ਉਹਦੇ ਤੇ ਕੋਈ ਚਰਚਾ ਨਹੀਂ ਕੀਤੀ। ਔਰ ਇਹਦੇ ਨਾਲ ਨਾਲ ਇਹ ਵੀ ਕਹਿਣਾ ਜ਼ਰੂਰੀ ਕਿ ਇੱਕ ਬਹੁਤ ਵੱਡਾ ਫਰੌਡ ਖੇਡਿਆ ਜਾ ਰਿਹਾ ਵਾ,
ਸਾਰੇ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਔਰ ਜਿਹੜਾ ਕੈਨਾਲ ਸਿਸਟਮ ਹੈਗਾ ਇਹ ਜਿਹੜੇ ਨਹਿਰੀ ਪਟਵਾਰੀ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਭਗਵੰਤ ਮਾਨ ਦੀ ਸਰਕਾਰ ਕਿ ਤੁਸੀਂ ਇੱਕ ਰਿਪੋਰਟ ਬਣਾ ਕੇ ਦਿਓ ਕਿ ਸਾਡਾ ਜਿਹੜਾ ਨਹਿਰੀ ਪਾਣੀ ਆ ਉਹ 100% ਖੇਤਾਂ ਦੀ ਸਿੰਚਾਈ ਕਰਨ ਜਾ ਰਿਹਾ ਵਾ ਕਰ ਰਿਹਾ ਵਾ ਜਦਕਿ ਅਸਲੀਅਤ ਇਹ ਆ ਕਿ ਅੱਜ ਲਗਭਗ 21% ਜਿਹੜੀ ਸਹੀ ਰਿਪੋਰਟ ਆ ਉਹ ਖਾਲਾਂ ਦੇ ਰਾਹੀਂ ਜਾਂ ਕੈਨਾਲ ਵਾਟਰ ਜਾਂ ਜਿਹੜੀਆਂ ਸਾਡੀਆਂ ਕੱਸੀਆਂ ਬਣੀਆਂ ਨੇ ਉਹਦੇ ਰਾਹੀਂ 21% ਦੇ ਕਰੀਬ ਖੇਤੀ ਦੀ ਸਿੰਚਾਈ ਹੋ ਰਹੀ ਆ। ਅਗਰ 100% ਨਹਿਰੀ ਪਾਣੀ ਲੱਗਦਾ ਹੁੰਦਾ ਤੇ ਫਿਰ 14.5 ਲੱਖ ਟਿਊਬਵੈੱਲ ਤਾਂ ਬੰਦ ਹੋ ਜਾਣਾ ਚਾਹੀਦਾ ਸੀਗਾ। ਸਾਦਾ ਜਿਹਾ ਇੱਕ ਮੇਰਾ ਸਵਾਲ ਆ ਸਰਕਾਰ ਨੂੰ ਕਿ ਤੁਸੀਂ ਕਹਿੰਦੇ ਕਿ ਨਹਿਰੀ ਪਾਣੀ ਲੱਗ ਗਿਆ 100% ਪੰਜਾਬ ਦੀਆਂ ਜ਼ਮੀਨਾਂ ਨੂੰ ਤੇ ਫਿਰ 14.5 ਲੱਖ ਟਿਊਬਵੈੱਲ ਕਿਉਂ ਚਲਾ ਰਹੇ ਹੋ ਤੁਸੀਂ? ਫਿਰ ਏਡੀ ਵੱਡਾ ਬੋਝ ਪੰਜਾਬ ਸਰਕਾਰ ਕਿਉਂ ਉੱਤੇ ਪਾ ਰਹੀ ਆ? ਇਸ ਕਰਕੇ ਔਰ ਪਟਵਾਰੀਆਂ ਦੇ ਜਿਹੜਾ ਪ੍ਰਧਾਨ ਹੈ ਜਸਕਰਨ ਸਿੰਘ ਗਹਿਰੀ ਬੁੱਟਰ ਉਹਦੇ ਤੇ ਪਰਚੇ ਦਰਜ ਕੀਤੇ, ਉਹਨੂੰ ਸਸਪੈਂਡ ਕੀਤਾ ਗਿਆ। ਬਹੁਤ ਸਾਰੇ ਪਟਵਾਰੀਆਂ ਨੂੰ, ਨਹਿਰੀ ਪਟਵਾਰੀਆਂ ਨੂੰ ਚਾਰਜਸ਼ੀਟ ਕੀਤਾ ਗਿਆ। ਇੱਕ ਤਾਂ ਬੰਦ ਕੀਤਾ ਜਾਣਾ ਚਾਹੀਦਾ ਫਾਲਸ ਪ੍ਰੋਪਗੈਂਡਾ, ਬਿਕੋਜ਼ ਕੱਲ ਨੂੰ ਹਰਿਆਣਾ ਜਾ ਕੇ ਸੁਪਰੀਮ ਕੋਰਟ 'ਚ ਕਹੇਗਾ ਕਿ ਪੰਜਾਬ ਨੂੰ ਤਾਂ ਜੀ ਜਿਹੜਾ ਦਰਿਆਵਾਂ ਦਾ ਪਾਣੀ ਇਹਦੀ ਲੋੜ ਹੀ ਨਹੀਂ ਗੀ, ਇਹ ਤਾਂ ਸੈਲਫ ਸਫੀਸ਼ੀਐਂਟ ਆ, ਇਹ ਤਾਂ 100% ਇਰੀਗੇਸ਼ਨ ਪੰਜਾਬ ਦੀਆਂ ਖੇਤਾਂ ਦੀ ਹੋ ਰਹੀ ਹੈ ਨਹਿਰੀ ਪਾਣੀ ਦੇ ਨਾਲ। ਇਸ ਕਰਕੇ ਭਗਵੰਤ ਮਾਨ ਇਹ ਕਿਉਂ ਕਰ ਰਿਹਾ ਵਾ? ਇਹਨਾਂ ਦਾ ਜਿਹੜਾ ਸੈਕਟਰੀ ਮਿਸਟਰ ਕ੍ਰਿਸ਼ਨ ਕੁਮਾਰ ਹੈ ਉਹ ਕਿਉਂ ਕਰ ਰਿਹਾ ਵਾ? ਕੀ ਕੇਜਰੀਵਾਲ ਉੱਤੋਂ ਕਹਿ ਕੇ ਕਰਵਾ ਰਿਹਾ, ਰਾਘਵ ਚੱਡਾ ਕਹਿ ਕੇ ਕਰਵਾ ਰਿਹਾ? ਇਹ ਗੱਲ ਦਾ ਕਲੈਰੀਫਿਕੇਸ਼ਨ ਪੰਜਾਬ ਸਰਕਾਰ ਨੂੰ ਤੁਰੰਤ ਦੇਣੀ ਚਾਹੀਦੀ ਕਿ ਵਾਈ ਆਰ ਦੇ ਆਮ ਟਵਿਸਟਿੰਗ ਕੈਨਾਲ ਪਟਵਾਰੀਜ਼ ਟੂ ਗਿਵ ਏ ਰਿਪੋਰਟ ਦੈਟ ਔਰ ਦੈਟ 100% ਆਫ ਪੰਜਾਬ ਇਰੀਗੇਸ਼ਨ ਐਗਰੀਕਲਚਰ ਲੈਂਡ ਇਜ਼ ਬੀਂਗ ਇਰੀਗੇਟਿਡ ਬਾਈ ਦ ਕੈਨਾਲ ਸਿਸਟਮ। ਇੱਕ ਤਾਂ ਇਹ ਮੈਂ ਕਹਿਣਾ ਸੁਣ, ਦੂਜਾ ਮੈਂ ਪਾਣੀ ਦੇ ਸਤਰ ਦੀ ਗੱਲ ਕਰ ਰਿਹਾ ਸੀਗਾ। ਭਗਵੰਤ ਮਾਨ ਨੇ ਮੂੰਗੀ ਤੇ ਮੱਕੀ ਦੇ ਉੱਤੇ ਦਿੱਤੀ ਆ MSP, ਪਿਛਲੇ ਸਾਲ ਵੀ ਦਿੱਤੀ, ਇਸ ਸਾਲ ਵੀ ਦਿੱਤੀ। 90% ਪਿਛਲੇ ਸਾਲ ਜਿਹੜੀ ਮੂੰਗੀ ਤੇ ਮੱਕੀ ਆ ਉਹ ਡਿਸਟ੍ਰੈਸ ਸੇਲ ਵਿੱਚ ਗਈ ਆ। ਮੈਨੂੰ ਯਾਦ ਹੈ ਪਿਛਲੇ ਸਾਲ ਮੂੰਗੀ ਦਾ ਰੇਟ ਰੱਖਿਆ ਸੀ 7275 ਰੁਪਏ ਕੁਇੰਟਲ ਤੇ ਕਿਸੇ ਨੇ 5000 ਨੂੰ ਕੁਇੰਟਲ ਵੇਚਤੀ ਪ੍ਰਾਈਵੇਟ ਸੈਕਟਰ ਵਿੱਚ, ਕਿਸੇ ਨੇ 6000 ਨੂੰ ਵੇਚਤੀ, ਕਿਸੇ ਨੇ 4000 ਨੂੰ ਵੇਚਤੀ। ਔਰ ਇਹ ਗੱਲ ਵਿਧਾਨ ਸਭਾ 'ਚ ਉਠਾਈ, ਲੇਕਿਨ ਉਹਨਾਂ ਨੇ ਕੋਈ ਗੱਲ ਨੂੰ ਇਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਫਿਰ MSP ਦਿੱਤੀ ਹੈ। ਜਗਰਾਵਾਂ ਦੀ ਮੰਡੀ ਮੱਕੀ ਦੀ ਇੱਕ ਇੰਪੋਰਟੈਂਟ ਮੰਡੀ ਆ, ਮਾਨਸਾ ਹੈ, ਸੁਨਾਮ ਹੈ, ਇਹਨਾਂ 'ਚੋਂ ਰਿਪੋਰਟ ਆ ਰਹੀ ਆ ਮੂੰਗੀ ਦੀ ਮੰਡੀਆਂ ਨੇ, ਇਹ ਰਿਪੋਰਟਸ ਆ ਰਹੀਆਂ ਕਿ ਦੁਬਾਰਾ ਫਿਰ ਡਿਸਟ੍ਰੈਸ ਸੇਲ ਹੋ ਰਹੀ ਆ। ਸਰਕਾਰੀ ਖਰੀਦ ਕੋਈ ਨਹੀਂ ਕੀਤੀ ਜਾ ਰਹੀ ਅਤੇ ਪ੍ਰਾਈਵੇਟ ਜਿਹੜੇ ਵਪਾਰੀ ਨੇ ਉਹ ਖਰੀਦ ਕਰ ਰਹੇ ਨੇ। ਸੋ ਪਾਣੀ ਜਿਹੜਾ ਵਾ ਉਹਦੇ ਬਾਰੇ ਇਸ ਸਰਕਾਰ ਦਾ ਕੋਈ ਰੋਡਮੈਪ ਵੀ ਹੈ ਨੀਗਾ, ਏਜੰਡਾ ਵੀ ਹੈ ਨੀਗਾ। ਇਹਦੇ 'ਚ ਮੈਂ ਇੱਕ ਸੁਜੈਸ਼ਨ ਦੇਣਾ ਚਾਹੁੰਦਾ ਵਾਂ ਕਿ ਜਿਹੜਾ ਕੇਂਦਰ ਸਰਕਾਰ ਹੈ ਉਹ ਕਣਕ ਅਤੇ ਝੋਨੇ ਦੀ ਖਰੀਦ ਕਰਨ ਵਾਸਤੇ ਗਵਰਨਮੈਂਟ ਆਫ ਇੰਡੀਆ ਹਰ ਸਾਲ ਲਗਭਗ 80,000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਦੇ ਰਹੀ ਹੈ CCL। ਔਰ ਝੋਨੇ ਦਾ ਜਿਹੜਾ CCL ਹੈ ਆਈ ਥਿੰਕ ਕਰੰਟ ਸੀਜ਼ਨ ਦਾ ਅਪਰੋਕਸੀਮੇਟਲੀ 45,000 ਕਰੋੜ ਰੁਪਈਆ ਝੋਨੇ ਦੀ CCL ਲਿਮਿਟ ਦੇ ਉੱਤੇ ਖਰੀਦ ਕੀਤੀ ਜਾਣੀ ਆ। ਮਤਲਬ ਪੰਜਾਬ ਦੀਆਂ ਸਾਰੀਆਂ ਏਜੰਸੀਆਂ ਨੇ ਕੇਂਦਰ ਦੇ ਵਾਸਤੇ ਖਰੀਦ ਕਰਕੇ ਉਹਨਾਂ ਨੂੰ ਦੇ ਦੇਣ। ਤਾਂ ਮੈਂ ਚੀਫ ਮਿਨਿਸਟਰ ਨੇ ਨਾ ਮੈਨੂੰ ਟਾਈਮ ਦਿੱਤਾ, ਨਾ ਮੈਨੂੰ ਵਿਧਾਨ ਸਭਾ ਵਿੱਚ ਸੁਣਿਆ, ਅਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕੇਂਦਰ ਸਰਕਾਰ ਨਾਲ ਜਾ ਕੇ 1-to-1 ਐਗਰੀਕਲਚਰ ਮਿਨਿਸਟਰ ਨਾਲ ਗੱਲ ਕਰੋ, ਉੱਥੇ ਉਹਨਾਂ ਨੂੰ ਸਮਝਾਓ ਕਿ ਜਿਹੜਾ 45,000 ਕਰੋੜ ਰੁਪਏ ਦੀ ਤੁਸੀਂ ਦੇ ਰਹੇ ਹੋ ਸਾਨੂੰ CCL ਲਿਮਿਟ, ਇਸੇ 45,000 ਕਰੋੜ ਵਿੱਚ ਅਸੀਂ ਤੁਹਾਡੇ ਕੋਲ ਪੈਸਾ ਹੋਰ ਨਹੀਂ ਮੰਗਦੇ ਕੇਂਦਰ ਦੇ ਕੋਲੋਂ, ਇਸੇ 45,000 ਕਰੋੜ ਵਿੱਚ ਪਹਿਲੇ ਸਾਲ ਸਾਨੂੰ ਲਗਭਗ 22,500 ਕਰੋੜ ਰੁਪਏ ਦੀ ਜਿਹੜਾ ਯੂਟੀਲਾਈਜੇਸ਼ਨ ਆ ਉਹ ਜਿਹੜੀਆਂ ਦੂਜੀਆਂ ਸੋਨੀ ਦੀਆਂ ਫਸਲਾਂ ਨੇ ਉਹਦੇ 'ਤੇ MSP ਦੇ ਦਿਓ ਪ੍ਰੋਪਰ, ਕਿਉਂਕਿ ਕਿਸੇ ਵੀ ਜ਼ਿਮੀਦਾਰ ਨੇ ਝੋਨਾ ਉਦੋਂ ਤੱਕ ਬੀਜਣਾ ਨਹੀਂ ਛੱਡਣਾ ਜਦ ਤੱਕ ਉਹਨੂੰ
ਐਮਐਸਪੀ ਵਾਲੀ ਕਮਿਟਿਡ ਪ੍ਰਾਈਸ ਜਿਵੇਂ ਕਿ ਝੋਨੇ ਤੇ ਦਿੱਤੀ ਜਾਂਦੀ ਆ ਉਹ ਨਾ ਮਿਲੀ, ਉਹਨਾਂ ਨੇ ਝੋਨਾ ਨਹੀਂ ਛੱਡਣਾ। ਉਹ ਝੋਨਾ ਉਦੋਂ ਨਹੀਂ ਛੱਡਣਗੇ ਜਦੋਂ ਝੋਨੇ ਦੀ ਆਮਦਨ ਦੇ ਬਰਾਬਰ ਦੀ ਐਮਐਸਪੀ ਉਹਨਾਂ ਨੂੰ ਕੇਂਦਰ ਸਰਕਾਰ ਦੂਸਰੀਆਂ ਫਸਲਾਂ ਜਿਹੜੀਆਂ ਸੌਣੀ ਦੇ ਉੱਤੇ, ਜਿਹਦੇ ਚ ਮੱਕੀ ਵੀ ਹੈ, ਜਿਹਦੇ ਚ ਮੂੰਗੀ ਵੀ ਹੈ, ਜਿਹਦੇ ਚ ਕਈ ਤਰ੍ਹਾਂ ਦੀਆਂ ਦਾਲਾਂ ਆ ਸਕਦੀਆਂ ਨੇ, ਜਿਹਦੇ ਚ ਕਈ ਤਰ੍ਹਾਂ ਦਾ ਹੋਰ ਫਸਲਾਂ ਕੀਤੀਆਂ ਜਾ ਸਕਦੀਆਂ, ਸਬਜ਼ੀਆਂ ਫਲ ਫਰੂਟ ਆਦਿ ਨੂੰ ਪ੍ਰਮੋਟ ਕੀਤਾ ਜਾ ਸਕਦਾ। ਸੋ ਅਗਰ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਇਹ ਟੇਕਅਪ ਕਰੇ ਕਿ ਪਹਿਲੇ ਸਾਲ ਜਿਹੜੀ ਇਕੱਲੇ ਝੋਨੇ ਦੀ 45,000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਹੈ, ਇਹਦੇ ਵਿੱਚੋਂ 50% ਕੱਟ ਡਾਊਨ ਕਰਕੇ ਸੋਨੇ ਦੀਆਂ ਹੋਰ ਫਸਲਾਂ ਦਿੱਤੀਆਂ ਜਾਣ, ਤਾਂ ਪਹਿਲੇ ਵਰੇ ਅਸੀਂ 50% ਝੋਨਾ ਘਟਾ ਸਕਦੇ ਹਾਂ, ਅਗਲੇ ਸਾਲ 25% ਹੋਰ ਘਟਾ ਸਕਦੇ ਹਾਂ, ਤੀਜੇ ਚੌਥੇ ਸਾਲ ਪੰਜਾਬ 'ਚੋਂ ਝੋਨਾ ਮੁਕਾ ਸਕਦੇ। ਜਿੱਦਣ ਝੋਨਾ ਘਟ ਗਿਆ ਪੰਜਾਬ ਦੇ ਵਿੱਚੋਂ ਬੀਜਣਾ, ਆਪਣੇ ਆਪ ਪੰਜਾਬ ਦਾ ਜਿਹੜਾ ਵਾਟਰ ਟੇਬਲ ਹੈ ਉਹ ਰੀਚਾਰਜ ਹੋ ਜਾਏਗਾ, ਕਿਉਂਕਿ ਇਸ ਵਕਤ 14.5 ਲੱਖ ਟਿਊਬਵੈਲ ਪੰਪ ਆਊਟ ਕਰ ਰਿਹਾ ਵਾ ਦਿਨ ਰਾਤ ਪਾਣੀ, ਔਰ 1 ਕਿਲੋ ਚੌਲ ਪੈਦਾ ਕਰਨ ਵਾਸਤੇ ਲਗਭਗ 4-5 ਹਜ਼ਾਰ ਲੀਟਰ ਪਾਣੀ ਜਿਹੜਾ ਲੱਗ ਰਿਹਾ, ਉਹਦੇ ਨਾਲ ਪੰਜਾਬ ਦੇ ਪਾਣੀ ਦੀ ਬੇਤਹਾਸ਼ਾ ਬਰਬਾਦੀ ਹੋ ਰਹੀ। ਮੈਂ ਉਮੀਦ ਕਰਦਾ ਕਿ ਪੰਜਾਬ ਸਰਕਾਰ ਗਵਰਨਮੈਂਟ ਆਫ ਇੰਡੀਆ ਦੇ ਨਾਲ ਇਸ ਨੂੰ ਵਾਰ ਫੁਟਿੰਗ ਤੇ ਲੈ ਕੇ ਤੇ ਪੰਜਾਬ ਦੇ ਵਿੱਚੋਂ ਝੋਨੇ ਦੀ ਫਸਲ ਤੋਂ ਖਹਿੜਾ ਛੁਡਾ ਕੇ, ਵਰਨਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ ਪੰਜਾਬ ਦੀ ਇਕੋਨਮੀ ਆ ਉਹ ਆਲਰੇਡੀ ਪਹਿਲਾਂ ਰੂਇਨਡ ਹੈ, ਤੇ ਜਿਹੜਾ ਪਾਣੀ ਦੀ ਸਬਸਿਡੀ ਆ, ਕਿਉਂਕਿ ਇਹਦਾ ਬਿੱਲ ਲਗਾਤਾਰ ਵੱਧਦਾ ਜਾ ਰਿਹਾ, ਜਦੋਂ ਅਕਾਲੀ ਦਲ ਨੇ 97 ਸ਼ੁਰੂ ਕੀਤਾ ਸੀਗਾ ਉਦੋਂ ਮੈਨੂੰ ਲੱਗਦਾ 2.5-3 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਸੀਗੀ, ਹੁਣ ਇਹ ਸਬਸਿਡੀ ਜਿਹੜੀ ਆ ਇਕੱਲੇ ਜ਼ਮੀਨਾਂ ਦੀ ਇਹ ਮੈਨੂੰ ਲੱਗਦਾ 10,000 ਕਰੋੜ ਤੋਂ ਉੱਤੇ ਜਿਹੜਾ ਬਿਜਲੀ ਦੇ ਬਿੱਲਾਂ ਦੀ ਸਬਸਿਡੀ ਜਿਹੜੀ ਉਹ ਪਹੁੰਚ ਚੁੱਕੀ ਆ, ਇਸ ਲਈ ਇਸ ਨੂੰ ਉਹਨਾਂ ਨੂੰ ਵਾਰ ਫੁਟਿੰਗ ਤੇ ਲੈਣਾ ਚਾਹੀਦਾ। ਤੀਜੀ ਗੱਲ, ਪੰਜਾਬ ਦੇ ਵਿੱਚ 3-4 ਫਸਲਾਂ ਦਾ ਨਿਰੰਤਰ ਖਰਾਬਾ ਹੋ ਚੁੱਕਾ ਵਾ, ਕਦੀ ਉਹਨੂੰ ਹੜ੍ਹ ਖਰਾਬ ਕਰ ਦਿੰਦੇ ਨੇ, ਕਦੀ ਉਹਨੂੰ ਗੜੇ ਖਰਾਬ ਕਰ ਦਿੰਦੇ ਨੇ, ਕਦੀ ਬੇਮੌਸਮੀ ਬਾਰਿਸ਼ ਖਰਾਬ ਕਰ ਦਿੰਦੀ, ਲੇਕਿਨ ਪੰਜਾਬ ਸਰਕਾਰ ਨੇ ਕਿਸੇ ਦਾ ਵੀ ਪ੍ਰੋਪਰ ਉਹਦਾ ਕੋਈ ਕੰਪਨਸੇਸ਼ਨ ਤੇ ਮੁਆਵਜ਼ਾ ਨਹੀਂ ਦੇ ਸਕੀ। ਗੱਲਾਂ ਚੀਫ ਮਿਨਿਸਟਰ ਜੋ ਚੁਟਕਲਿਆਂ ਦੀ ਗੱਲ ਕਰਦਾ ਕਿ ਬੱਕਰੀ ਦਾ ਵੀ ਦਊਂਗਾ, ਮੁਰਗੀ ਦਾ ਵੀ ਦਊਂਗਾ, ਆਂਡੇ ਦਾ ਵੀ ਦਊਂਗਾ, ਲੇਕਿਨ 2 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਨਹੀਂ ਦਿੱਤਾ ਗਿਆ। ਸਾਡਾ ਆਲ ਇੰਡੀਆ ਕਿਸਾਨ ਕਾਂਗਰਸ ਤੇ ਪੰਜਾਬ ਕਿਸਾਨ ਕਾਂਗਰਸ ਝੋਨੇ ਦੇ ਫਸਲ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਲਾਮਬੰਦ ਕਰਕੇ ਆਪਣੀ ਜਥੇਬੰਦਕ ਢਾਂਚਾ ਬਣਾ ਕੇ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਆਣ ਕੇ ਐਜੀਟੇਟ ਕਰਾਂਗੇ ਔਰ ਅਸੀਂ ਜਾ ਕੇ ਪ੍ਰੋਟੈਸਟ ਲਾਂਚ ਕਰਾਂਗੇ ਤਾਂ ਕਿ ਪੰਜਾਬ ਸਰਕਾਰ ਜਿਹੜਾ ਵਾ ਉਹ ਢੁਕਵਾਂ ਮੁਆਵਜ਼ਾ। ਗੱਲਾਂ ਕਰਦੇ ਸੀ ਸਵਾਮੀਨਾਥਨ ਕਮੇਟੀ ਦੀਆਂ ਕਿ ਕੇਜਰੀਵਾਲ ਨੇ ਵਹਾਂ ਪਰ ਦੇ ਦਿਆ 20,000 ਰੁਪਇਆ ਪ੍ਰਤੀ ਏਕੜ, ਤੇ ਤੁਹਾਡਾ ਜਿਹੜੇ ਕੇਜਰੀਵਾਲ ਤੁਸੀਂ ਕਹਿੰਦੇ, ਹਾਲਾਂਕਿ ਉੱਥੇ ਦਿੱਲੀ ਰਕਬਾ ਹੀ ਕੋਈ ਨੀਗਾ, ਉਹ ਲੋਕਾਂ ਨੂੰ ਇੱਕ ਮੂਰਖ ਬਣਾਇਆ ਗਿਆ ਕਿ ਐਵੇਂ ਥੋੜੇ ਜਿਹੇ ਸੈਂਕੜੇ ਏਕੜ ਰਕਬੇ ਦਾ ਅਸੀਂ 20,000 ਰੁਪਏ ਦਿੱਤਾ ਤੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਪਵਾ ਲਈਆਂ, ਹੁਣ ਕਿੰਨਾ ਦਿੱਤਾ ਜਾ ਰਿਹਾ 800-800 ਰੁਪਇਆ, ਉਹ ਵੀ ਚੁਣਿੰਦਾ ਲੋਕਾਂ ਨੂੰ, ਥੋੜਿਆਂ ਜਿਹਾ ਬੰਦਿਆਂ ਨੂੰ ਮਿਲਿਆ ਵਾ, ਉਹਦੇ ਚੋਂ ਵੀ ਰੈਵਨਿਊ ਡਿਪਾਰਟਮੈਂਟ ਦੇ ਅਫਸਰਾਂ ਨੇ, ਪਟਵਾਰੀਆਂ ਨੇ ਤੇ ਤਹਿਸੀਲਦਾਰਾਂ ਨੇ ਪੈਸੇ ਖਾਧੇ ਨੇ। ਸੋ ਨਾ ਮਾਤਰ ਮੁਆਵਜ਼ਾ ਜਿਹੜਾ ਵਾ ਉਹ ਸਾਡੇ ਏਜੰਡੇ ਦੇ ਉੱਤੇ ਪੱਕਾ ਰਹੇਗਾ। ਇਸ ਨਾਲ ਨਾਲ ਮੈਂ ਜੋ ਸਾਡਾ ਗੰਨੇ ਦੇ ਮਿੱਲਾਂ ਦੀ ਅਦਾਇਗੀ ਬਕਾਇਆ ਰਹਿੰਦੀ ਹੈ, ਮੈਂ ਇਲੈਕਸ਼ਨ ਲੜ ਰਿਹਾ ਸੀ ਧੂਰੀ ਵਿੱਚ, ਹਲੇ ਵੀ ਤਕਰੀਬਨ 10 ਕਰੋੜ ਰੁਪਇਆ ਕਿਸਾਨਾਂ ਦਾ ਬਕਾਇਆ ਹੈ, ਕਪੂਰਥਲੇ ਦੀ ਫਗਵਾੜੇ ਦੀ ਮਿੱਲ ਦਾ ਬਕਾਇਆ ਹੈ। ਮੇਰੇ ਨਾਲ ਸਰ ਅਮਰਜੀਤ ਸਿੰਘ ਨੇ, ਸਾਡੇ ਹੁਸ਼ਿਆਰਪੁਰ ਦੇ ਪ੍ਰੈਜੀਡੈਂਟ, ਉਹਨਾਂ ਨੇ ਦੱਸਿਆ ਕਿ ਮੁਕੇਰੀਆਂ ਅਤੇ ਦਸੂਆ ਦੀ ਸ਼ੂਗਰ ਮਿੱਲ ਦਾ ਵੀ ਬਹੁਤ ਬਕਾਇਆ ਵਾ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਇਸ਼ੂਜ਼ ਦੇ ਉੱਤੇ ਵੀ ਨਾਲ ਨਾਲ ਐਜੀਟੇਟ ਕਰਾਂਗੇ ਔਰ ਅਸੀਂ ਧਰਨੇ ਮਾਰਾਂਗੇ ਅਤੇ ਮਿੱਲ ਮਾਲਕਾਂ ਨੂੰ ਅਤੇ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਗੰਨੇ ਦੀਆਂ ਫਸਲਾਂ ਦਾ ਬਕਾਇਆ ਜਿਹੜਾ ਰਹਿੰਦਾ ਵਾ ਏਰੀਅਰਸ ਨੇ ਕਿਸਾਨ ਦੇ, ਉਹ ਵੀ ਜਿਹੜੇ ਦਿੱਤੇ ਜਾਣ। ਇਹਦੇ ਨਾਲ ਨਾਲ ਜਿਹੜਾ ਆਪਣਾ ਹੈ ਪੰਜਾਬ ਦੇ ਕਿਸਾਨਾਂ ਦਾ ਜਿਹੜੇ ਹੋਰ ਇੰਪੋਰਟੈਂਟ ਬਰਨਿੰਗ ਇਸ਼ੂਜ਼, ਕਿਉਂਕਿ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੈ ਉਹ ਵੀ ਪੰਜਾਬ ਦੀ ਧਰਤੀ ਨੂੰ ਤਬਾਹ ਕਰ ਰਹੀ, ਉਹ ਕਿਸਾਨੀ ਨੂੰ ਅਤੇ ਖੇਤੀ ਨੂੰ ਤਬਾਹ ਕਰ ਰਹੀ ਹੈ। ਬਹੁਤ ਜਗ੍ਹਾ ਦੇ ਉੱਤੇ
ਜਿਹੜੇ ਮਾਫੀਆ ਹੈ ਮਾਈਨਿੰਗ ਦਾ, ਉਹਨਾਂ ਨੇ ਜਾ ਕੇ 100-100 ਫੁੱਟ ਡੂੰਗੀ ਦਰਿਆਵਾਂ ਦੇ ਵਿੱਚ ਵੜ ਕੇ ਅੰਦਰ ਤੇ 50-50 ਫੁੱਟ, 100-100, 200-200 ਫੁੱਟ ਜਿਹੜੀ ਡੂੰਗੀ ਗੈਰ ਕਾਨੂੰਨੀ ਮਾਈਨਿੰਗ ਕੀਤੀ ਹੈ। ਮੈਂ ਆਪਣੇ ਸਾਰੇ ਜਥੇਬੰਦਕ ਢਾਂਚੇ ਨੂੰ ਕਿਹਾ ਵਾ ਕਿ ਪੰਜਾਬ ਦੇ ਵਿੱਚ ਇੱਕ ਨਿਗਾਹ ਰੱਖਣੀ ਆ ਤੁਸੀਂ, ਜਿੱਥੇ ਵੀ ਕਿਤੇ ਲੋੜ ਪਈ ਆਪਾਂ ਔਨ ਦਾ ਸਪੋਟ ਵਿਜ਼ਿਟ ਕਰਕੇ ਜਿੱਥੇ ਵੀ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਖਾਸ ਤੌਰ ਤੇ ਅਨੰਦਪੁਰ ਸਾਹਿਬ ਤੋਂ ਲੈ ਕੇ ਤੇ ਮੁਕੇਰੀਆਂ ਤੱਕ, ਜਿਹੜਾ ਟੰਡੀ ਦਾ ਇਲਾਕਾ ਸਾਡਾ ਦਰਿਆ ਪਹਾੜਾਂ ਦੇ ਨਾਲ ਨਾਲ, ਇੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ, ਪਲੱਸ ਦਰਿਆਵਾਂ ਦੇ ਵਿੱਚ, ਚਾਹੇ ਉਹ ਬਿਆਸ ਦਰਿਆ ਹੈ ਤੇ ਚਾਹੇ ਸਤਲੁਜ ਦਰਿਆ ਹੈ, ਇਹਦੇ ਵਿੱਚ ਵੀ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੈ ਉਹਦਾ ਵੀ ਅਸੀਂ ਕਰਾਂਗੇ। ਪਰਸੋਂ ਭਗਵੰਤ ਮਾਨ ਲਹਿਰੇ ਗਿਆ ਤੇ ਘੱਗਰ ਦੀ ਸਫਾਈ ਕਰਾਉਣ ਵਾਸਤੇ ਨਾਲ ਆਪਣੀ ਮੀਡੀਆ ਟੀਮ ਲੈ ਗਏ, ਫੋਟੋਆਂ ਖਿਚਾਉਣ ਵਾਸਤੇ, ਵੀਡੀਓ ਬਣਾਉਣ ਵਾਸਤੇ ਪੁਲ ਤੇ ਖੜ ਗਏ, ਥੱਲੇ ਲਾਤੀਆਂ ਮਸ਼ੀਨਾਂ JCB ਦੇ ਪੋਕਲੇਨਸ ਕੇ ਸਫਾਈ ਅਸੀਂ ਕਰਨੀ ਸ਼ੁਰੂ ਕਰ ਦਿੱਤੀ ਆ। ਭਗਵੰਤ ਮਾਨ ਵਾਲੀ ਗੱਡੀ 'ਚ ਬਾਹਰ ਬੈਠਾ ਵਾ ਤੇ ਉਹਨਾਂ ਨੇ ਪੋਕਲੇਨਾਂ ਤੇ ਜਿਹੜੀਆਂ ਮਸ਼ੀਨਾਂ JCB ਪਹਿਲਾਂ ਹੀ ਟਰੱਕਾਂ ਤੇ ਚੜਾ ਕੇ ਤੇ ਗਾਇਬ ਹੋ ਗਏ ਬਿਲਕੁਲ। ਸੋ ਮੈਂ ਭਗਵੰਤ ਨੂੰ ਕਹਿਣਾ ਚਾਹੁੰਦਾ ਵਾਂ ਕਿ ਬਹੁਤ ਹੋ ਗਿਆ ਸਟੇਜ ਦੀ ਕਲਾਕਾਰੀ, ਇਹ ਹੈ ਸਟੇਟ, ਕਿਰਪਾ ਕਰਕੇ ਇਹਨੂੰ ਸਟੇਟ ਦੀ ਤਰ੍ਹਾਂ ਰਨ ਕਰੋ। ਤੁਸੀਂ ਹੁਣ ਚੁਟਕਲੇਬਾਜ਼ ਤੇ ਕਿੱਕਲੀਬਾਜ਼ ਨਹੀਂ, ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਹੋ, ਕਿਰਪਾ ਕਰਕੇ ਆ ਜਿਹੜੀਆਂ ਕਿੱਕਲੀਆਂ ਤੇ ਗੀਤ ਗਾਣੇ ਤੇ ਚੁਟਕਲੇ ਤੇ ਝੇਡਾਂ ਤੇ ਝੂਠੇ ਪਰਚੇ ਇਹ ਬੰਦ ਕੀਤੇ ਜਾਣ, ਔਰ ਜਿਹੜੇ ਕਿਸਾਨਾਂ ਦੇ ਤੇ ਪੰਜਾਬ ਦੇ ਬਰਨਿੰਗ ਇਸ਼ੂਜ਼ ਨੇ ਉਹਨਾਂ ਨੂੰ ਟਾਰਗੇਟ ਕਰਕੇ ਤੇ ਉਹਨਾਂ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਤਰ੍ਹਾਂ ਦੇ ਕਿਸਾਨਾਂ ਦੇ ਹੋਰ ਬਹੁਤ ਮਸਲੇ ਨੇ ਜਿਹੜੇ ਪੰਜਾਬ ਸਰਕਾਰ ਨੇ ਪਿਛਲੇ 2 ਸਾਲ ਵਿੱਚ ਕਦੀ ਏਜੰਡੇ ਤੇ ਨਹੀਂ ਲੈ ਕੇ ਆਏ, ਬਲਕਿ ਆਈ ਵੁੱਡ ਸੇ ਦੈਟ ਦੇਰ ਇਜ਼ ਨੋ ਐਗਰੀਕਲਚਰ ਪਾਲਿਸੀ ਇਨ ਪੰਜਾਬ ਐਟ ਆਲ। ਤੁਸੀਂ ਬਜਟ ਦੇ ਫਿਗਰਸ ਕੱਢ ਲਓ, ਸਾਡਾ 1.5 ਲੱਖ ਕਰੋੜ ਰੁਪਏ ਦਾ ਬਜਟ ਸੀਗਾ, ਆ ਜਿਹੜਾ ਲੰਘ ਕੇ ਗਿਆ ਵਾ ਪੰਜਾਬ ਦਾ, ਇਹਦੇ 'ਚੋਂ ਜਿਹੜੀ ਐਗਰੀਕਲਚਰ ਸੈਕਟਰ ਦੀ ਐਲੀਕੇਸ਼ਨ ਹੈ ਉਹ ਇੰਨੀ ਘੱਟ ਤੇ ਇੰਨੀ ਛੋਟੀ ਸੀ ਕਿ ਉਹ ਸ਼ਾਇਦ 13,000 ਕਰੋੜ ਰੁਪਏ ਦੀ ਬਜਟ ਐਲੋਕੇਸ਼ਨ ਆ। ਦੇਖਣ ਨੂੰ ਐਂ ਲੱਗਦਾ ਜਿੱਦਾਂ 8-9% ਐਲੋਕੇਸ਼ਨ ਐਗਰੀਕਲਚਰ ਦੀ ਹੈਗੀ, ਪਰ ਉਹਦੇ 'ਚੋਂ ਜੇ ਆਪਾਂ 8-9 ਹਜ਼ਾਰ ਕਰੋੜ ਰੁਪਇਆ ਬਿਜਲੀ ਦਾ ਸਬਸਿਡੀ ਦਾ ਬਿੱਲ ਕੱਢ ਦਈਏ ਤੇ 3,504,000 ਕਰੋੜ ਰੁਪਏ ਦੀ ਰਹਿ ਗਈ ਐਗਰੀਕਲਚਰ ਐਗਰੀਕਲਚਰ ਸੈਕਟਰ ਨੂੰ ਐਲੋਕੇਸ਼ਨ, ਵਿਚ ਇਜ਼ ਲੈਸ ਦੈਨ, ਵਿਚ ਇਜ਼ ਓਨਲੀ ਅਬਾਊਟ 2 ਪੈਸੇ ਕੁੱਲ ਟੋਟਲ ਪੰਜਾਬ ਦੇ ਬਜਟ ਦਾ 2 ਪੈਸਾ ਐਗਰੀਕਲਚਰ, ਜਿਹੜਾ ਕਿ ਸਭ ਤੋਂ ਵੱਡਾ ਕਿੱਤਾ ਪੰਜਾਬ ਦਾ, ਜਿਹਦੇ ਤੇ ਲੱਖਾਂ ਤੇ ਕਰੋੜਾਂ ਜਿਹੜੇ ਲੋਕ ਨੇ ਉਹ ਮੁਨੱਸਰ ਨੇ, ਉਹ ਸਾਰਾ ਜਿਹੜਾ ਮਸਲਾ ਹੈ ਉਹ ਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚੱਕਾਂਗੇ ਵੀ 3,504,000 ਕਰੋੜ ਵਿੱਚ ਕਿਹੜੀ ਰਿਸਰਚ ਹੋ ਜਾਊਗੀ, ਕਿਹੜੇ ਨਵੇਂ ਬੀਜ ਆ ਜਾਣਗੇ, ਕਿਹੜੀ ਮੱਕੀ ਤੇ ਮੂੰਗੀ ਤੇ MSP ਦਿੱਤੀ ਜਾਊਗੀ। ਇਸ ਕਰਕੇ ਇਹ ਹਾਰਡ ਰਿਐਲਿਟੀਜ਼ ਪੰਜਾਬ ਦੀਆਂ ਜਿਹੜੀਆਂ, ਉਹਨੂੰ ਪੰਜਾਬ ਸਰਕਾਰ ਨੂੰ ਮੰਨਣਾ ਚਾਹੀਦਾ, ਪਹਿਲਾਂ ਸਵੀਕਾਰ ਕਰਨਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਆਹ ਮੁਸ਼ਕਲਾਂ ਹਨ, ਔਰ ਅਸੀਂ ਇਹਦੇ ਵਾਸਤੇ ਸੱਦਾ ਦਿੰਦੇ ਹਾਂ ਕਿ ਆਓ ਸਾਰੇ ਆਪਣੇ ਸਿਰ ਜੋੜ ਕੇ ਆਪਾਂ ਇਸ ਮਸਲੇ ਨੂੰ ਹੱਲ ਕਰਨ ਦੀ। ਕਿਤੇ ਕਿਸੇ ਨੇ ਕੁਛ ਨਹੀਂ ਕਰ ਸਕਿਆ ਨਸ਼ਿਆਂ ਨਾਲ, ਮੇਰਾ ਖਿਆਲ ਹੈ ਪਿਛਲੇ 15 ਦਿਨਾਂ ਵਿੱਚ ਜਿੰਨੀਆਂ ਮੌਤਾਂ ਪੰਜਾਬ ਦੇ ਵਿੱਚ ਹੋਈਆਂ ਇੰਨੀਆਂ ਸ਼ਾਇਦ ਪੰਜਾਬ ਦੇ ਵਿੱਚ ਕਦੀ ਵੀ ਨਹੀਂ ਹੋਈਆਂ। ਮੋਗੇ ਦੇ ਐਵੇਂ 2-4 ਪਿੰਡਾਂ ਦੇ ਵਿੱਚ ਹੀ ਮੇਰਾ ਖਿਆਲ ਆ 12-15 ਮੌਤਾਂ ਹੇਠ ਉੱਤੇ ਹੋ ਗਈਆਂ। ਕੋਈ ਦਿਨ ਨਹੀਂ ਜਾਂਦਾ ਜਿੱਦਾਂ ਨਸ਼ੇ ਦੇ ਨਾਲ ਮੌਤ ਨਹੀਂ ਹੋ ਰਹੀ, ਲੇਕਿਨ ਇਹ ਜਿਹੜੇ ਕਹਿੰਦੇ ਸੀ ਅਸੀਂ 6 ਮਹੀਨਿਆਂ 'ਚ ਨਸ਼ਾ ਖਤਮ ਕਰ ਦਿਆਂਗੇ, ਅੱਜ ਸਾਰੇ ਪੁਲਿਸ ਵਾਲਿਆਂ ਨੂੰ ਦੇ ਕੇ ਹਦਾਇਤਾਂ ਕਿ ਪਰਚੇ ਦਰਜ ਕਰ ਦਿਓ। ਪਰਚਾ ਹੱਲ ਨਹੀਂ ਗਾ ਨਸ਼ੇ ਦਾ, ਡਰੱਗਸ ਦਾ ਵਪਾਰ ਕਰਨ ਵਾਸਤੇ, ਉਦੋਂ ਜ਼ਿਲ੍ਹਾ ਭਰੀਆਂ ਪਈਆਂ ਨੇ NDPS ਪਰਚਿਆਂ ਦੇ ਨਾਲ, ਪਰ ਡਰੱਗਸ ਤਾਂ ਅੱਗੇ ਨਾਲੋਂ ਵੀ ਜ਼ਿਆਦਾ ਵੱਧ ਗਏ ਨੇ। ਡਰੱਗਸ ਆਰ ਡਾਇਰੈਕਟਲੀ ਕਨੈਕਟਡ ਵਿਦ ਦੀ ਐਗਰੇਰੀਅਨ ਇਕਨੋਮੀ ਆਫ ਪੰਜਾਬ, ਪੰਜਾਬ ਦੀ ਖੇਤੀ ਦੀ ਵਿਵਸਥਾ ਦੇ ਨਾਲ ਕਨੈਕਟਡ ਨਸ਼ੇ ਨੇ। ਜਦ ਤੱਕ ਤੁਸੀਂ ਖੇਤੀ ਦੀ ਵਿਵਸਥਾ ਠੀਕ ਨਹੀਂ ਕਰੋਗੇ, ਪੰਜਾਬ ਦੇ ਪੇਂਡੂ ਤਬਕੇ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਤੁਸੀਂ ਨਹੀਂ ਹਟਾ ਸਕਦੇ। ਪੰਜਾਬ ਦੇ ਵਿੱਚ ਜਦ ਤੱਕ ਇੰਡਸਟਰੀਅਲ ਸੈਕਟਰ ਵਿੱਚ, ਪ੍ਰਾਈਵੇਟ ਸੈਕਟਰ ਵਿੱਚ, ਗਵਰਨਮੈਂਟ ਸੈਕਟਰ ਵਿੱਚ ਨੌਕਰੀਆਂ ਨਹੀਂ ਪੈਦਾ ਕਰੋਗੇ, ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਸਕਦੇ, ਪੰਜਾਬ ਦੇ ਬੱਚੇ ਜਿਹੜੇ ਨੇ ਨਸ਼ੇ ਵਾਲੇ ਪਾਸੇ ਨੂੰ ਜਾ ਰਹੇ ਨੇ, ਬਹੁਤ ਸਾਰੇ ਬੱਚੇ ਵਿਦੇਸ਼ਾਂ ਨੂੰ ਛੱਡ ਕੇ ਇਸ ਪੰਜਾਬ ਨੂੰ ਚਲੇ ਗਏ ਨੇ।
ਇਸ ਕਰਕੇ ਨਸ਼ੇ ਦੇ ਉੱਤੇ ਵੀ ਪੰਜਾਬ ਸਰਕਾਰ ਮੁਕੰਮਲ ਤੌਰ ਤੇ ਫੇਲ ਹੈ। ਤਾਂ ਮੈਂ ਮੀਡੀਆ ਦਾ ਔਰ ਆਪਣੇ ਸਾਰੀ ਇਕਾਈ ਦਾ ਧੰਨਵਾਦ ਕਰਦਾ ਵਾਂ ਔਰ ਅਸੀਂ ਝੋਨੇ ਦੀ ਫਸਲ ਤੋਂ ਬਾਅਦ ਔਨ ਦ ਗਰਾਊਂਡ ਐਕਟੀਵਿਟੀ ਸ਼ੁਰੂ ਕਰਨ ਵਾਸਤੇ ਲਾਮਬੰਦ ਆਪਣੇ ਆਪ ਨੂੰ ਕਰਨ ਜਾ ਰਹੇ ਹਾਂ।